ਪੀਟੀਸੀ ਨੈਟਵਰਕ ਦੇ ਦਰਸ਼ਕਾਂ ਦਾ ਸਵਾਗਤ ਹੈ ਜੀ ਅੱਜ ਦੇ ਮੁੱਦਾ ਦੇ ਐਪੀਸੋਡ ਦੇ ਵਿੱਚ। ਔਰ ਅੱਜ ਅਸੀਂ ਗੱਲ ਕਰ ਰਹੇ ਹਾਂ ਆਪਣੇ ਚੌਗਿਰਦੇ ਦੀ, ਆਪਣੇ ਕਲਾਈਮੇਟ ਦੀ, ਜਿਹਦੇ ਬਚਾਅ ਖਾਤਰ ਬੜੀ ਥਾਂ ਬਹੁਤ ਸਾਰੀ ਮੁਹਿੰਮ ਚੱਲ ਰਹੀ ਹੈ, ਪਰ ਉਹ ਆਮ ਤੌਰ ਤੇ ਉਹਨਾਂ ਮੁਹਿੰਮਾਂ ਦੇ ਵਿੱਚ ਲੋਕਾਂ ਦਾ ਯੋਗਦਾਨ ਘੱਟ ਹੈ। ਕੁਝ ਜਥੇਬੰਦੀਆਂ ਜ਼ਰੂਰ ਮੌਜੂਦ ਰਹਿੰਦੀਆਂ ਨੇ ਸਰਕਾਰੀ ਏਜੰਸੀਆਂ ਦਾ ਇੰਡੀਆ ਦੇ ਵਿੱਚ, ਅਮਰੀਕਾ ਦੇ ਵਿੱਚ, ਦੋਵਾਂ ਥਾਵਾਂ ਦੇ ਉੱਤੇ ਇਸ ਵੇਲੇ ਯੋਗਦਾਨ ਪਿਛਲੀਆਂ ਸਾਲ ਦੋ ਸਾਲ ਦੇ ਸਮੇਂ ਤੋਂ ਬਹੁਤ ਜ਼ਿਆਦਾ ਘਟਿਆ। ਇਨਵਾਇਰਮੈਂਟ ਪ੍ਰੋਟੈਕਸ਼ਨ ਏਜੰਸੀਜ਼ ਦੇ ਵਿੱਚ ਫੰਡਸ ਦੀ ਬਹੁਤ ਵੱਡੀ ਕਮੀ ਆਈ ਹੈ। ਸੋ ਇਸੇ ਹਾਲਾਤ ਦੇ ਵਿੱਚ ਜਦੋਂ ਸਬੂਤ ਮਿਲ ਰਹੇ ਨੇ ਕਿ ਸਾਡਾ ਚੌਗਿਰਦਾ ਵਿਗੜ ਰਿਹਾ, ਪਰ ਉਹਦੇ ਬਾਵਜੂਦ ਕਾਰਵਾਈ ਕਰਨ ਦੇ ਵਾਸਤੇ ਸਰਕਾਰੀ ਤੌਰ ਦੇ ਉੱਤੇ ਫੰਡਸ ਨਹੀਂ ਮਿਲ ਰਹੇ, ਤਾਂ ਆਮ ਲੋਕ ਕੀ ਕਰ ਸਕਦੇ ਨੇ? ਇਹ ਸਵਾਲ ਹੈ ਜਿਹਦੇ ਜਵਾਬ ਵੱਲ ਤੁਰਨ ਵਾਸਤੇ ਅੱਜ ਨਹੀਂ, ਅੱਜ ਤੋਂ ਕਈ ਸਾਲ ਪਹਿਲਾਂ ਸਿੱਖ ਕਮਿਊਨਿਟੀ ਵੱਲੋਂ ਪਹਿਲ ਹੋ ਗਈ ਸੀ। ਇਸ ਵਾਰ ਉਸ ਕਦਮ ਦੇ ਖਾਸਾ ਜ਼ਿਆਦਾ ਉੱਚੀਆਂ ਪਲਾਂਘਾਂ ਪੁੱਟ ਜਾਣ ਦੀ ਉਮੀਦ ਹੈ, ਕਿਉਂਕਿ ਇਸ ਵਾਰ 14 ਮਾਰਚ ਦਾ ਦਿਨ ਜਿਹੜਾ ਆ ਉਹ ਸਿੱਖ ਇਨਵਾਇਰਮੈਂਟ ਡੇ ਦੇ ਤੌਰ ਤੇ ਸੈਲੀਬ੍ਰੇਟ ਕੀਤਾ ਜਾ ਰਿਹਾ। ਇਹਦੇ ਵਾਸਤੇ ਸੱਦਾ ਸਿੱਖ ਕਮਿਊਨਿਟੀ ਨੂੰ ਦਿੱਤਾ ਜਾ ਰਿਹਾ। ਅਸਲ ਚ ਉਹ ਸਿੱਖ ਇਨਵਾਇਰਮੈਂਟ ਡੇ ਕੀ ਹੈ, ਕਿਵੇਂ ਉਹਨੂੰ ਮਨਾਇਆ ਜਾਣਾ ਆ, ਔਰ ਉਹਦੇ ਵਿੱਚ ਕੀ ਕੁਝ ਕੀਤਾ ਜਾ ਸਕਦਾ ਇੱਕ ਭਾਈਚਾਰੇ ਦੇ ਤੌਰ ਤੇ, ਕਮਿਊਨਿਟੀ ਦੇ ਤੌਰ ਤੇ, ਔਰ ਐਸੀ ਕਮਿਊਨਿਟੀ ਜਿਹੜੀ ਦੁਨੀਆਂ ਦੇ ਲਗਭਗ ਹਰ ਮੁਲਕ ਦੇ ਵਿੱਚ ਮੌਜੂਦ ਹੈ, ਸਿੱਖ ਕੀ ਇਸ ਕੰਮ ਦੇ ਵਿੱਚ ਲੀਡ ਲੈ ਸਕਦੇ ਨੇ, ਔਰ ਇਹੀ ਲੀਡ ਕੀ ਸਿੱਖਾਂ ਨੂੰ ਮੁੜ ਕੇ ਆਪਣੇ ਪਛਾਣ ਦੇ ਮਸਲਿਆਂ ਦੇ ਵਿੱਚ ਵੀ ਹੈਲਪ ਕਰ ਸਕਦੀ ਹੈ, ਇਹਦੇ ਬਾਰੇ ਅਸੀਂ ਚਰਚਾ ਕਰਾਂਗੇ। ਸਿੱਖ ਕੈਂਪੇਨ ਔਰ ਈਕੋ ਸਿੱਖ ਦੋਵੇਂ ਜਥੇਬੰਦੀਆਂ ਦੇ ਨਾਲ ਲਗਭਗ ਆਪਣਾ ਸਾਰਾ ਸਮਾਂ ਲਾ ਕੇ ਜੁੜੇ ਹੋਏ ਡਾਕਟਰ ਰਾਜਵੰਤ ਸਾਡੇ ਵਿਚਕਾਰ ਮੌਜੂਦ ਨੇ। ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਇੱਕ ਵਾਰ ਫਿਰ ਸੀ ਪੀਟੀਸੀ ਨੈਟਵਰਕ ਦੇ ਦਰਸ਼ਕਾਂ ਲਈ ਸਮਾਂ ਕੱਢਿਆ। ਥੈਂਕ ਯੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ, ਮੋਸਟ ਵੈਲਕਮ। ਸਭ ਤੋਂ ਪਹਿਲਾਂ ਮੈਂ ਜਾਣਨਾ ਚਾਹੁੰਦਾ ਹਾਂ ਕਿ ਜਿਹੜਾ ਅਸੀਂ ਇਹ ਕਾਨਸੈਪਟ ਲੈ ਕੇ ਚੱਲੇ ਹਾਂ ਜਾਂ ਸੁਣ ਰਹੇ ਹਾਂ ਸਿੱਖ ਇਨਵਾਇਰਮੈਂਟ ਡੇ, ਇਹਦਾ ਤੁਸੀਂ ਸਿੱਖ ਇਤਿਹਾਸ ਦੇ ਨਾਲ, ਸਿੱਖ ਗੁਰੂਆਂ ਦੇ ਨਾਲ ਵੀ ਕਨੈਕਸ਼ਨ ਲੈ ਕੇ ਤੁਰੇ ਹੋ, ਸੋ ਪਹਿਲਾਂ ਤਾਂ ਉਸ ਪੂਰੇ ਕਨੈਕਸ਼ਨ ਨੂੰ ਸਮਝਾਓ। ਹਾਂਜੀ, ਅਸੀਂ ਇਹ ਜਿਹੜਾ ਈਕੋ ਸਿੱਖ ਜਥੇਬੰਦੀ ਹੈ 2009 ਦੇ ਵਿੱਚ ਸ਼ੁਰੂ ਕੀਤੀ ਸੀਗੀ, ਅਤੇ ਇਹ ਯੂਨਾਈਟਿਡ ਨੇਸ਼ਨਸ ਦੇ ਸੈਕਟਰੀ ਜਨਰਲ ਨੇ ਇੱਕ ਆਵਾਜ਼ ਦਿੱਤੀ ਸੀ ਸਾਰੇ ਦੁਨੀਆ ਦੇ ਧਰਮਾਂ ਨੂੰ ਕਿ ਕਲਾਈਮੇਟ ਦੇ ਕਾਰਨ ਜਿਹੜੀ ਧਰਤੀ ਨੂੰ ਨੁਕਸਾਨ ਹੋਣ ਜਾ ਰਿਹਾ ਅਤੇ ਸਾਰੀ ਮਨੁੱਖਤਾ ਲਈ ਇਹ ਬੜਾ ਵੱਡਾ ਚੈਲੰਜ ਹੈ। ਇਹਨੂੰ ਪੋਲੀਟੀਸ਼ੀਅਨਸ ਫੇਲ ਹੋ ਰਹੇ ਨੇ, ਇਹਦੇ ਬਾਰੇ ਕੁਛ ਕਦਮ ਨਹੀਂ ਚੁੱਕ ਰਹੇ, ਸਰਕਾਰਾਂ ਵੀ ਅਤੇ ਕਾਰਪੋਰੇਸ਼ਨਸ ਵੀ, ਅਤੇ ਧਰਮ ਦਾ ਕੀ ਰੋਲ ਹੈ ਉਸ ਨੂੰ, ਉਸ ਕਾਲ ਦੀ ਰਿਸਪੋਂਸ ਦੇ ਵਿੱਚ ਅਸੀਂ ਸਿੱਖਾਂ ਵੱਲੋਂ ਇਹ ਪ੍ਰੈਜ਼ੈਂਟ ਕੀਤਾ ਵੀ ਅਸੀਂ ਈਕੋ ਸਿੱਖ ਜਥੇਬੰਦੀ ਬਣਾ ਕੇ ਹੁਣ ਅਸੀਂ ਕੰਮ ਕਰਾਂਗੇ। ਸੋ ਉਹਦੇ ਆਧਾਰ ਦੇ ਉੱਤੇ ਫਿਰ ਅਸੀਂ ਕਿਹਾ ਵੀ ਸਿੱਖਾਂ ਦੀ ਸਾਈਕੀ ਅਤੇ ਸਿੱਖਾਂ ਨੂੰ ਕਿੱਦਾਂ ਇੰਸਪੀਰੇਸ਼ਨ ਵਾਲੇ ਪਾਸੇ ਤੋਰਿਆ ਜਾਵੇ, ਵੀ ਕਿਉਂਕਿ ਆਮ ਸਿੱਖ ਦਾ ਜਿਹੜਾ ਮਾਇੰਡ ਹੈ ਜਾਂ ਸਾਈਕੀ ਹੈ ਉਹ ਗੁਰੂ ਇਤਿਹਾਸ ਅਤੇ ਗੁਰੂਆਂ ਦੇ ਨਾਲ ਜੁੜੀ ਹੋਈ ਹੈ। ਜਦੋਂ ਗੁਰੂਆਂ ਦੇ ਨਾਲ ਜੁੜੀ ਹੋਈ ਕੋਈ ਗੱਲ ਪੇਸ਼ ਕੀਤੀ ਜਾਂਦੀ ਹੈ ਅਤੇ ਸਿੱਖ ਉਹਦੇ ਨਾਲ ਤੁਰਦੇ ਨੇ, ਉਹਨਾਂ ਦੇ ਮਨ ਦੇ ਵਿੱਚ ਇੱਕ ਵੇਗ ਆਉਂਦਾ। ਸੋ ਉਸ ਚੀਜ਼ ਨੂੰ ਜੋੜਨ ਲਈ ਅਸੀਂ ਗੁਰੂ ਹਰਰਾਏ ਜੀ ਦਾ ਜਿਹੜਾ ਇੱਕ ਕੈਰੇਕਟਰ ਹੈ ਉਹਨੂੰ ਅਸੀਂ ਵਰਲਡ ਸਟੇਜ ਦੇ ਉੱਤੇ ਲਿਆਉਣ ਲਈ ਸੋਚਿਆ ਵੀ ਗੁਰੂ ਹਰਰਾਏ ਜੀ ਨੂੰ ਇਤਿਹਾਸ ਦੇ ਵਿੱਚ ਬਹੁਤ ਘੱਟ ਜਾਣਿਆ ਗਿਆ। ਉਹਨਾਂ ਦੇ ਜਿਹੜਾ ਗੁਰਗੱਦੀ ਦਿਵਸ ਆ ਉਹਨੂੰ ਅਸੀਂ ਇੱਕ ਸਿੱਖ ਵਾਤਾਵਰਨ ਦਿਵਸ ਦੇ ਤੌਰ ਦੇ ਉੱਤੇ ਅਸੀਂ ਮਨਾਉਣਾ ਸ਼ੁਰੂ ਕੀਤਾ। ਹਾਂਜੀ ਬਿਲਕੁਲ, ਔਰ ਉਹਨਾਂ ਨੇ ਕੀਰਤਪੁਰ ਸਾਹਿਬ ਦੇ ਵਿੱਚ 9 ਲੱਖਾਂ ਬਾਗ ਬਣਾਇਆ ਸੀ, ਉੱਥੇ ਹਰਬਲ ਗਾਰਡਨ ਸੀ, ਈਵਨ ਸ਼ਾਹਜਹਾਂ ਦੇ ਪੁੱਤਰ ਜਿਹੜਾ ਦਾਰਸ਼ਕ ਉਹਨੂੰ ਵੀ ਉੱਥੋਂ ਸਾਰਾ ਉਹਦੀ ਮੌਤ ਨੂੰ ਬਚਾਉਣ ਤੱਕ ਜਿਹੜੀ ਸਾਰੀ ਜੜੀਆਂ ਬੂਟੀਆਂ ਉੱਥੋਂ ਗਈਆਂ ਨੇ। ਸੋ ਇਹ ਸਾਰਾ ਇਤਿਹਾਸ ਸਾਡੇ ਕੋਲ, ਇੰਨਾ ਕੀਮਤੀ ਇਤਿਹਾਸ ਹੈ, ਉਹਨਾਂ ਦਾ ਕੀਮਤੀ ਹੈਰੀਟੇਜ ਹੈ, ਅਸੀਂ ਉਹਨਾਂ ਨੂੰ ਉਭਾਰ ਨਹੀਂ ਸਕੇ ਕਿ ਸਾਊਥ ਏਸ਼ੀਆ ਕੀ, ਮੈਂ ਕਹਿੰਦਾ ਸਾਰੇ ਏਸ਼ੀਆ ਦੇ ਪਹਿਲੇ ਇਨਵਾਇਰਮੈਂਟਲਿਸਟ ਨੇ ਗੁਰੂ ਹਰਰਾਏ ਸਾਹਿਬ, ਤੇ ਅਸੀਂ ਕਦੀ ਉਸ ਚੀਜ਼ ਨੂੰ ਉਭਾਰ ਹੀ ਨਹੀਂ ਸਕੇ। ਤਾਂ ਗੱਲ ਛੱਡੋ ਡਾਕਟਰ ਸਾਹਿਬ, ਮੈਨੂੰ ਤਾਂ ਜੇ ਅਸੀਂ ਆਪਣੇ ਪੂਰੇ ਜਿੰਨੀ ਜਿੰਨੀ ਉਮਰ ਸਾਡੀ ਹੈਗੀ ਉਹਦੇ ਵਿੱਚ ਜੋ ਲੋਕਾਂ ਨੂੰ ਦੇਖਿਆ ਵਾਚਿਆ ਉਹਦੀ ਗੱਲ ਕਰੀਏ, ਪਿੱਛੇ ਜੇ ਮਨਮੋਹਨ ਵਾਸ ਹੋਰਾਂ ਨੇ ਗਾਣਾ ਗਾਇਆ ਸੀ ਕਿ ਬਾਣੀ ਦਾ ਸਤਿਕਾਰ ਕਰੋ, ਤਾਂ ਉਦੋਂ ਲੋਕ ਹੱਸੇ ਸੀ ਵੀ ਜਿਹੜੀ ਜਨਤਾ ਪਾਣੀ ਦਾ ਸਤਿਕਾਰ ਨਹੀਂ ਕਰ ਰਹੀ ਉਹ ਬਾਣੀ ਦਾ ਕਿੱਥੋਂ ਕਰੂਗੀ, ਜਾਂ ਉਲਟਾ ਇੱਦਾਂ ਦੀ ਗੱਲ ਸੀਗੀ। ਪਰ ਸਵਾਲ ਇਹ ਉੱਠਦਾ ਹੈ ਕਿ ਹੁਣ ਜਦੋਂ ਜੇ ਅਸੀਂ ਇਕੱਲੇ ਪੰਜਾਬ ਦੀ ਗੱਲ ਕਰੀਏ ਤੇ ਲੋਕਾਂ ਦੀ ਆਪਣੀ ਜ਼ਿੰਮੇਵਾਰੀ ਤਾਂ ਉਸ ਫਲਸਫੇ ਦੇ ਹਿਸਾਬ ਨਾਲ ਜੁੜਦੀ ਬਣਦੀ ਸੀ ਔਰ। ਹਾਂਜੀ ਹਾਂਜੀ, ਪਰ ਸਾਡੇ ਤਾਂ ਆਪਣੇ ਘਰਾਂ ਦੇ ਵਿੱਚੋਂ ਵੀ ਦਰਖਤ ਬੂਟੇ ਗਾਇਬ ਹੋ ਗਏ ਆ, ਖੇਤ ਬਣੇ ਹੋਏ ਆ, ਜੰਗਲ ਸਾਰਾ ਖਤਮ ਹੈ, ਤਾਂ ਉੱਥੇ ਤੁਹਾਨੂੰ ਕੀ ਉਮੀਦ ਆ ਕਿ ਸਿੱਖ ਕਮਿਊਨਿਟੀ ਕੋਈ ਰੋਲ ਪਲੇ ਕਰੇਗੀ? ਹਾਂਜੀ, ਦੇਖੋ ਇਸ ਜਦੋਂ ਅਸੀਂ ਇਹ ਸਿੱਖ ਵਾਤਾਵਰਨ ਦਿਵਸ ਮਨਾਉਣਾ ਸ਼ੁਰੂ ਕੀਤਾ 2010 ਤੋਂ, ਤੇ ਸਾਨੂੰ ਬੜਾ ਭਰਵਾਂ ਹੁੰਗਾਰਾ ਮਿਲਣਾ ਸ਼ੁਰੂ ਹੋਇਆ, ਕਿਉਂਕਿ ਗੁਰੂ ਸਾਹਿਬ ਦਾ ਗੁਰਗੱਦੀ ਦਿਵਸ ਨੂੰ ਇੱਕ ਵਾਤਾਵਰਨ ਦਿਵਸ ਦੇ ਤੌਰ ਤੇ ਮਨਾਉਣ ਲਈ ਹਰੇਕ ਬੰਦਾ ਇਸ ਬਾਰੇ ਪਿਆਰ ਨਾਲ ਸੋਚਦਾ, ਸਤਿਕਾਰ ਨਾਲ ਸੋਚਦਾ। ਸੋ ਕਾਫੀ ਸਾਨੂੰ ਪਿਛਲੇ ਸਾਲ 4100 ਗੁਰਦੁਆਰਾ ਜਥੇਬੰਦੀਆਂ, ਸਕੂਲਸ, ਕਾਲਜਿਸ ਨੇ ਇਸ ਦਿਨ ਨੂੰ ਮਨਾਇਆ। ਉਹਦੇ 'ਚ ਕਈ ਉਹਨਾਂ ਨੇ ਕਦਮ ਚੁੱਕੇ, ਬੂਟੇ ਲਗਾਉਣ ਤੋਂ ਇਲਾਵਾ ਬਾਈਸਾਈਕਲ ਰੈਲੀ ਤੇ ਹੋਰ ਕਈ ਚੰਗੇ ਕਦਮ ਚੁੱਕੇ ਗਏ। 2009 ਦੇ ਤੁਰਿਆਂ ਤੋਂ 2017 ਦੇ ਵਿੱਚ ਆਖਰ ਨੂੰ ਹੁੰਗਾਰਾ ਜਿਹੜਾ ਆ, ਹਾਂਜੀ ਦੇਖੋ 4100 ਜਥੇਬੰਦੀਆਂ ਨੇ ਜਦੋਂ ਕਦਮ ਚੁੱਕੇ ਨੇ, ਹੁਣ ਬੈਂਗਲੌਰ ਦੇ ਵਿੱਚ ਜਦੋਂ ਉੱਥੋਂ ਦਾ ਗੁਰਦੁਆਰਾ ਇੱਕ ਬਾਈਸਾਈਕਲ ਰੈਲੀ ਆਰਗਨਾਈਜ਼ ਕਰਦਾ ਹੈ ਜਾਂ ਮੈਰਾਥਨ ਆਰਗਨਾਈਜ਼ ਕਰਦਾ, ਉੱਥੇ ਮੀਡੀਆ ਵੀ ਚੁੱਕਦਾ ਗੱਲ ਨੂੰ, ਨੌਜਵਾਨ ਵੀ ਜੁੜਦੇ ਨੇ, ਉੱਥੇ ਪੇਂਟਿੰਗ ਕੰਪੀਟੀਸ਼ਨ ਚੇਨਾਈ ਦੇ ਵਿੱਚ ਕੀਤਾ ਜਾਂ ਕਲਕੱਤੇ ਦੇ ਵਿੱਚ ਹੋਇਆ ਜਾਂ ਜਿਹੜੇ ਜਿੱਥੇ ਜਿੱਥੇ ਵੀ ਸਿੱਖ ਨੇ,
ਜਦੋਂ ਇਦਾਂ ਦਾ ਕਦਮ ਚੁੱਕਦੇ ਨੇ ਤੇ ਹੌਲੀ ਹੌਲੀ ਕੌਂਸ਼ੀਅਸਨੈਸ ਅਵੇਅਰਨੈਸ ਜਾਗਦੀ ਹੈ, ਆਮ ਆਲੇ ਦੁਆਲੇ ਨੂੰ ਪਤਾ ਲੱਗਣਾ ਸ਼ੁਰੂ ਕਹਿੰਦਾ ਵੀ ਸਿੱਖ ਜਿਹੜੇ ਨੇ, ਜਿਹੜੇ ਪੱਗ ਵਾਲੇ ਨੇ, ਇਹ ਵਾਤਾਵਰਨ ਪ੍ਰੇਮੀ ਵੀ ਨੇ, ਇਹ ਸੋ ਇਟ ਚੇਂਜਸ ਦੀ ਇੰਟਾਇਰ ਪਰਸੈਪਸ਼ਨ ਆਫ ਦ ਸਿੱਖ ਕਮਿਊਨਿਟੀ। ਸੋ ਇਸ ਵੇਲੇ ਤੱਕ ਸਾਨੂੰ ਇਸ ਗੱਲ ਦਾ ਬੜਾ ਹੁੰਗਾਰਾ ਚੰਗਾ ਮਿਲਿਆ, ਪਰ ਹਾਲੇ ਵੀ ਕੰਮ ਬਹੁਤ ਕਰਨ ਵਾਲਾ, ਕਿਉਂਕਿ ਪੰਜਾਬ ਇਸ ਵੇਲੇ ਬਹੁਤ ਜ਼ਿਆਦਾ ਇੱਕ ਜਿੱਦਾਂ ਕਹਿੰਦੇ ਨੇ ਵੀ ਡਿਜ਼ਾਸਟਰ ਜਿੱਦਾਂ ਅਸੀਂ ਵਾਲੇ ਉਸ ਵਾਲੇ ਪਾਸੇ ਤੁਰੇ ਹੋਏ ਆ। ਸੋ ਫੈਕਟ ਇਜ਼ 33% ਫੋਰੈਸਟ ਕਵਰ ਹਰ ਜਗ੍ਹਾ ਜ਼ਰੂਰੀ ਹੁੰਦਾ ਆ, ਜਿਹੜਾ ਵਰਲਡ ਇਨਵਾਇਰਮੈਂਟ ਨੂੰ ਮੇਨਟੇਨ ਕਰਨ ਵਾਸਤੇ ਜ਼ਰੂਰੀ ਹੈ, ਸਾਡੀ ਧਰਤੀ ਨੂੰ ਮੇਨਟੇਨ ਕਰਨ ਵਾਸਤੇ। ਔਰ ਪੰਜਾਬ ਦੇ ਹਾਲਾਤ 3-7% ਫੋਰੈਸਟ ਕਵਰ ਦੇ ਨੇ, ਚੰਡੀਗੜ੍ਹ ਦੇ ਵਿੱਚ ਹਾਲਾਤ ਕਾਫੀ ਚੰਗੇ ਨੇ, ਪਰ ਪੰਜਾਬ ਰੁੰਡ ਮੁੰਡ ਹੋਇਆ ਪਿਆ। ਸੋ ਜਿਹੜੀ ਗੱਲ ਡਾਕਟਰ ਸਾਹਿਬ ਕਹਿ ਰਹੇ ਨੇ, ਜੇ ਪੰਜਾਬ ਬਚਾਉਣਾ ਹੈ ਤਾਂ ਹਰਿਆਲੀ ਵਾਪਸ ਲਿਆਉਣੀ ਪੈਣੀ ਹੈ, ਪਰ ਹਰਿਆਲੀ ਵਾਪਸ ਲਿਆਉਣ ਵਾਸਤੇ ਨਿੱਕੀ ਮੋਟੀ ਮੁਹਿੰਮ ਜਾਂ ਕੋਈ ਇਕਲੌਤੀ ਮੁਹਿੰਮ ਕਿਸੇ 1 ਲੀਟਰ ਦੀ ਜਾਂ ਕਿਸੇ ਇੱਕ ਜਥੇਬੰਦੀ ਦੀ ਚਲਾਈ ਹੋਈ ਚੱਲ ਰਹੀ ਹੈ, ਪਰ ਔਨ ਅ ਸਕੇਲ ਪੂਰੀ ਦੀ ਪੂਰੀ ਸਿੱਖ ਕਮਿਊਨਿਟੀ ਇਸ 'ਚ ਨਹੀਂ ਜੁੜੀ ਹੋਈ। ਸੋ ਯੂ ਆਰ ਵੈਰੀ ਰਾਈਟ। ਸੋ ਉਸ ਪੂਰੇ ਕੰਮ ਨੂੰ ਕਰਨ ਵਾਸਤੇ ਤੁਹਾਨੂੰ ਕੀ ਲੱਗਦਾ ਹੈ ਕਿ ਕਿਹਦੀ ਹੈਲਪ ਜ਼ਿਆਦਾ ਕਾਰਗਰ ਹੈ? ਕਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਰੋਲ ਪਲੇ ਕਰ ਸਕਦੀ ਹੈ, ਜਾਂ ਆਪਣੇ ਤੌਰ ਤੇ ਗੁਰਦੁਆਰੇ ਇੰਡੀਵਿਜੁਅਲੀ ਰੋਲ ਪਲੇ ਕਰ ਸਕਦੇ ਆ, ਜਾਂ ਅਗਲੀ ਜਨਰੇਸ਼ਨ ਜਿਹੜੀ ਆਮ ਤੌਰ ਤੇ ਕਿਸੇ ਮੂਵਮੈਂਟ ਨਾਲ ਬਹੁਤ ਇੰਥੋ ਨਾਲ ਜੁੜਦੀ ਹੈ, ਉਹਨੂੰ ਅਵੇਅਰ ਕਰਨਾ ਪਹਿਲਾਂ ਜ਼ਰੂਰੀ ਹੈ? ਵੈਸੇ ਜਿੱਦਾਂ ਮਲਟੀਪਲ ਚੋਇਸ ਕੁਐਸਚਨਸ ਦਾ ਆਂਸਰ ਹੁੰਦਾ ਨਾ, ਆਲ ਆਫ ਦੀ ਅਬਵ, ਆਲ ਆਫ ਦੀ ਅਬਵ, ਐਵਰੀਬਡੀ ਹੈਜ਼ ਟੂ ਪਲੇ। ਗਵਰਨਮੈਂਟ ਨੂੰ ਵੀ ਰੋਲ ਅਦਾ ਕਰਨ ਦੀ ਲੋੜ ਹੈ। ਸ਼੍ਰੋਮਣੀ ਕਮੇਟੀ ਆਪਣੇ ਆਪ 'ਚ ਇੱਕ ਬਹੁਤ ਵੱਡਾ ਅਦਾਰਾ, ਔਰ ਉਹਨਾਂ ਨਾਲ ਵੀ ਸਾਨੂੰ ਕੰਮ ਕਰਨ ਦਾ ਕਈ ਵਾਰੀ ਮੌਕਾ ਮਿਲਿਆ, ਪਰ ਆਮ ਲੋਕਾਂ ਦੇ ਵਿੱਚ ਵੀ ਕੌਂਸ਼ੀਅਸਨੈਸ ਲਿਆਉਣ ਦੀ ਲੋੜ ਹੈ, ਆਮ ਲੋਕਾਂ ਦੇ ਵਿੱਚ ਵੀ ਅਵੇਅਰਨੈਸ ਇਸ ਗੱਲ ਦੀ ਲਿਆਉਣ ਦੀ ਲੋੜ ਹੈ ਕਿ ਅਸੀਂ ਬਾਕੀ ਸਟੈਪ ਤੋਂ ਬਾਅਦ ਜਾਊਂਗਾ। ਪਹਿਲਾਂ ਮੈਨੂੰ ਗਵਰਨਮੈਂਟ ਦੇ ਹਾਲਾਤ ਦੱਸੋ, ਅਸੀਂ ਬੇਸ਼ੱਕ ਪੰਜਾਬ ਦੀ ਗੱਲ ਕਰੀਏ, ਬੇਸ਼ੱਕ ਗਵਰਨਮੈਂਟ ਆਫ ਇੰਡੀਆ ਦੀ ਗੱਲ ਕਰੀਏ, ਬੇਸ਼ੱਕ ਅਮਰੀਕਨ ਗਵਰਨਮੈਂਟ ਦੀ ਗੱਲ ਕਰੀਏ, ਹਾਂਜੀ ਹਾਂਜੀ, ਈਪੀਏ ਦੇ ਕੋਲ ਸਭ ਤੋਂ ਵੱਧ ਫੰਡ ਹੋਣਾ ਚਾਹੀਦਾ ਸੀ, ਫੋਰੈਸਟ ਡਿਪਾਰਟਮੈਂਟ ਵਿੱਚ ਸਭ ਤੋਂ ਵੱਧ ਫੰਡ ਹੋਣੇ ਚਾਹੀਦੇ ਸੀ, ਉਹ ਤਾਂ ਕੱਟ ਆਊਟ ਕਰ ਦਿੱਤੇ ਗਏ, ਸੈਂਕੜੇ ਮੁਲਾਜ਼ਮ ਤੱਕ ਕੱਟ ਦਿੱਤੇ ਗਏ, ਕੀ ਉਮੀਦ ਰੱਖਦੇ ਉਹਨਾਂ ਤੋਂ? ਬਿਲਕੁਲ ਬਿਲਕੁਲ, ਇਹ ਬਹੁਤ ਇਸ ਵੇਲੇ ਜਿਹੜਾ ਇੱਕ ਜਿੱਦਾਂ ਕਹਿੰਦੇ ਨੇ ਵੀ ਹਰ ਚੀਜ਼ ਨੂੰ ਅਸੀਂ ਪ੍ਰੋਫਿਟ ਦੀ ਨਿਗਾਹ ਨਾਲ ਦੇਖਦੇ ਹਾਂ, ਤੇ ਜਿਹੜਾ ਇਨਵਾਇਰਮੈਂਟ ਨੂੰ ਅਸੀਂ ਉਹਦਾ ਜਿਹੜੀ ਕੋਸਟ ਹੈ, ਇਨਪੁਟ, ਇਨਵਾਇਰਮੈਂਟ ਵੀ ਇੱਕ ਇਨਪੁਟ ਹੈ ਤੇ ਆਊਟਪੁੱਟ ਅਸੀਂ ਕਹਿੰਦੇ ਕਿ ਜੀ ਸਾਨੂੰ ਫਾਇਦਾ ਹੋਵੇ, ਸਾਨੂੰ ਹਰ ਬੰਦੇ ਨੂੰ ਚੰਗੀ ਇਨਕਮ ਮਿਲੇ, ਪਰ ਉਹਦਾ ਜਿਹੜਾ ਇਨਪੁੱਟ ਹੈ ਅਸੀਂ ਇਨਵਾਇਰਮੈਂਟ ਨੂੰ ਤਬਾਹ ਕਰਕੇ ਆਪਣੀ ਇਨਕਮ ਜੇ ਵਧਾਵਾਂਗੇ ਤੇ ਕਿੰਨੀ ਦੇਰ ਤੱਕ ਚੱਲਣਾ? ਉਹ ਤਾਂ ਜਿੱਦਾਂ ਕੋਈ ਇੱਕ ਕਸ਼ਤੀ ਦੇ ਵਿੱਚ ਬੰਦਾ ਜਾ ਰਿਹਾ ਹੋਵੇ ਤੇ ਉਹਦੇ 'ਚ ਆਪ ਹੀ ਇੱਕ ਹੋਲ ਕਰੀ ਜਾਵੇ, ਉਹ ਅਸੀਂ ਕਰ ਰਹੇ ਹਾਂ। ਸੋ ਇਸ ਕਰਕੇ ਜਦ ਤੱਕ ਇਹ ਅਵੇਅਰਨੈਸ ਤੇ ਇਹ ਆਵਾਜ਼ ਕਿੱਥੋਂ ਉੱਠਣੀ ਚਾਹੀਦੀ, ਜੇ ਧਾਰਮਿਕ ਸਥਾਨ ਤੋਂ ਨਹੀਂ ਉੱਠੇਗੀ ਤੇ ਕੌਣ ਇਹਨੂੰ ਸੰਸਾਰ ਨੂੰ ਬਚਾਉਣ ਦੀ ਗੱਲ ਕਰੂਗਾ? ਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਨਾਨਕ ਦੁਨੀਆ ਕੈਸੀ ਹੋਈ, ਸਾਲਕ ਮਿੱਤ ਨਾ ਰਹੇ, ਕੋਈ ਵੀ ਦੁਨੀਆ ਦਾ ਕੋਈ ਮਿੱਤਰ ਨਜ਼ਰ ਹੀ ਨਹੀਂ ਆਉਂਦਾ, ਇਹ ਗੁਰੂ ਨਾਨਕ ਦੇਵ ਜੀ ਨੇ ਵੀ 500 ਸਾਲ ਪਹਿਲਾਂ ਕਿਹਾ। ਸੋ ਸਾਨੂੰ ਉਹੀ ਕੌਂਸ਼ੀਅਸਨੈਸ ਲਿਆ ਕੇ ਅਸਲੀ ਮਨੁੱਖਤਾ ਦੇ ਮਿੱਤਰ ਬਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਔਰ ਇਹ ਸਿੱਖ ਇਨਵਾਇਰਮੈਂਟ ਦੇ ਉਸੇ ਦਿਸ਼ਾ ਵੱਲ ਪੁੱਟਿਆ ਹੋਇਆ ਇੱਕ ਕਦਮ ਹੈ। ਸੋਸ਼ਲ ਮੂਵਮੈਂਟ ਕੀ ਧਰਮ ਚੋਂ ਨਿਕਲ ਸਕਦੀ ਹੈ, ਇੱਕ ਰਿਲੀਜੀਅਸ ਮੂਵਮੈਂਟ ਬਣ ਸਕਦੀ ਹੈ? ਇਹ ਸਵਾਲ ਬੜਾ ਇੰਟਰਸਟਿੰਗ ਹੈ। ਆਮ ਤੌਰ ਤੇ ਧਰਮ ਦੇ ਨਾਲ ਜੁੜਦੀਆਂ ਹੀ ਲੜਾਈਆਂ ਵੇਖਦੇ ਹਾਂ, ਇੱਕ ਦੂਜੇ ਦੇ ਸਿਰ ਫੜਦੇ ਦੇਖਦੇ ਹਾਂ, ਜਾਂ ਫਿਰ ਅਨਨੈਸੈਸਰੀ ਡਿਬੇਟਸ ਜਿਹਦੇ ਵਿੱਚ ਸੰਵਾਦ ਨਹੀਂ ਹੁੰਦਾ, ਬਹਿਸ ਫਾਲਤੂ ਦੀ ਲੜਾਈ ਦੇ ਵਿੱਚ ਤਬਦੀਲ ਹੁੰਦੀ ਹੈ, ਉਹ ਵੇਖਦੇ ਹਾਂ। ਪਰ ਦੂਜੇ ਪਾਸੇ ਸੰਤ ਸੀਚੇਵਾਲ ਵਰਗੇ ਲੋਕ ਹੈਗੇ ਨੇ ਜਿਨ੍ਹਾਂ ਨੇ ਇੱਕ ਧਰਮ ਨਾਲ ਜੁੜੇ ਲੋਕਾਂ ਨੂੰ ਨਾਲ ਲੈ ਕੇ ਇੱਕ ਮੂਵਮੈਂਟ ਚਲਾਈ ਹੈ। ਸੋ ਜਦੋਂ ਅਸੀਂ ਟੈਕਨੀਕਲੀ ਉਸ ਚੀਜ਼ ਨੂੰ ਜੋੜ ਕੇ ਵੇਖਦੇ ਹਾਂ, ਅਸੀਂ ਗੱਲ ਸੋਚਦੇ ਹਾਂ ਕਿ ਧਰਮ ਆਪਣਾ ਰੋਲ ਪਲੇ ਕਰਦਾ। ਹਰਸਿਮਰਤ ਬਾਦਲ ਨਿਸ਼ਾਂ ਦੀ ਇੱਕ ਮੂਵਮੈਂਟ ਸ਼ੁਰੂ ਕੀਤੀ ਗਈ ਸੀ, ਗੁਰਦੁਆਰਿਆਂ 'ਚ ਬੂਟਿਆਂ ਨੂੰ ਪ੍ਰਸ਼ਾਦ ਦੇ ਤੌਰ ਤੇ ਵੰਡਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਉਹ ਕੋਸ਼ਿਸ਼ਾਂ ਫਿਰ ਇੱਕ ਵਾਰੀ ਆਪੋ ਆਪਣੀ ਥਾਂ ਤੇ ਜਿੱਥੇ ਜਿੱਥੇ ਉਹ ਲੋਕ ਲੀਡਰਸ਼ਿਪ ਦੇ ਤੌਰ ਤੇ ਜੁੜਦੇ ਨੇ ਉੱਥੇ ਉੱਥੇ ਹੋ ਜਾਂਦੀਆਂ ਨੇ। ਪਰ ਜਿਹੜੀ ਗੱਲ ਡਾਕਟਰ ਸਾਹਿਬ ਕਹਿ ਰਹੇ ਨੇ ਵਰਲਡ ਲੈਵਲ ਦੇ ਉੱਤੇ, ਮੈਂ ਬਾਰ ਬਾਰ ਉਸੇ ਗੱਲ ਨੂੰ ਲੈ ਕੇ ਆਊਂਗਾ ਜਿਹੜੀ ਮੈਂ ਸ਼ੁਰੂ 'ਚ ਕੀਤੀ ਸੀ, ਵਰਲਡ ਲੈਵਲ ਦੇ ਉੱਤੇ ਸਿੱਖ ਕਮਿਊਨਿਟੀ ਮੌਜੂਦ ਹੈ, ਕੋਈ ਨਹੀਂ ਮੇਰੇ ਖਿਆਲ ਦੁਨੀਆ ਦਾ ਐਸਾ ਮੁਲਕ ਹੋਣਾ ਜਿੱਥੇ ਸਿੰਨ ਨਹੀਂ ਹੈਗੀ। ਹਾਂਜੀ। ਸੋ ਉਹਦੇ ਵਿੱਚ ਹੁਣ ਜਿਹੜੀ ਤੁਹਾਡੇ ਵੱਲੋਂ ਸ਼ੁਰੂਆਤ ਕੀਤੀ ਗਈ ਹੈ, ਨਾਟ ਐਜ਼ ਸਟੈਂਡ ਲੋਨ ਪਰਸਨ ਬਟ ਐਜ਼ ਅ ਆਰਗਨਾਈਜੇਸ਼ਨ, ਉਹਦੇ ਵਿੱਚ ਕੀ ਕੀ ਸਟੈਪਸ ਲਏ ਜਾ ਰਹੇ ਨੇ ਔਰ ਕਿਵੇਂ ਕਿਵੇਂ ਉਹਨਾਂ ਸਟੈਪਸ ਦੇ ਜ਼ਰੀਏ ਅਗਾਂਹ ਇਸ ਮੂਵਮੈਂਟ ਨੂੰ ਤੋਰਿਆ ਜਾ ਸਕਦਾ, ਉਹਦੇ ਬਾਰੇ ਅਸੀਂ ਗੱਲ ਕਰਨੀ ਹੈ। ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਡਾਕਟਰ ਰਾਜਵੰਤ ਸਿੰਘ ਸਾਡੇ ਵਿਚਕਾਰ ਮੌਜੂਦ ਨੇ, ਵਾਪਸ ਆ ਕੇ ਜਾਣਾਂਗੇ ਕਿ ਈਕੋ ਸਿੱਖ ਕਿੱਦਾਂ ਕੋਸ਼ਿਸ਼ ਕਰ ਰਿਹਾ ਹੈ ਕਿ ਦੁਨੀਆ ਭਰ ਦੀਆਂ ਜਥੇਬੰਦੀਆਂ ਦੁਨੀਆ ਭਰ ਦੇ ਸਿੱਖਾਂ ਨੂੰ ਨਾਲ ਲੈ ਕੇ ਇਸ ਮੂਵਮੈਂਟ ਨੂੰ ਅਗਾਂਹ ਤੋਰਿਆ ਜਾਏ। ਬ੍ਰੇਕ ਤੋਂ ਬਾਅਦ ਚਰਚਾ ਦਾ ਸਿਲਸਿਲਾ ਫਿਰ ਜਾਰੀ ਹੈ। ਡਾਕਟਰ ਰਾਜਵੰਤ ਸਿੰਘ ਸਾਡੇ ਵਿਚਕਾਰ ਮੌਜੂਦ ਨੇ, ਅਸੀਂ ਗੱਲ ਕਰ ਰਹੇ ਹਾਂ ਦੁਨੀਆ ਦੀ ਈਕੋਲੋਜੀ ਨੂੰ ਬਚਾਉਣ ਵਾਸਤੇ, ਸਿਰਫ ਪੰਜਾਬ ਦੀ ਨਹੀਂ, ਸਿਰਫ ਨਿਊਯਾਰਕ ਕੈਲੀਫੋਰਨੀਆ ਜਾਂ ਟੋਰੋਂਟੋ ਜਾਂ ਸਰੀ ਦੀ ਨਹੀਂ, ਜਿੱਥੇ ਜਿੱਥੇ ਸਿੱਖ ਮੌਜੂਦ ਨੇ ਉੱਥੋਂ ਦੀ ਨਹੀਂ, ਬਲਕਿ ਇੱਕ ਮੂਵਮੈਂਟ ਦੇ ਤੌਰ ਤੇ ਸਿੱਖ ਧਰਮ ਵਿੱਚੋਂ ਨਿਕਲੀ ਹੋਈ ਇਸ ਕੋਸ਼ਿਸ਼ ਨੂੰ ਪੂਰੀ ਦੁਨੀਆ ਦੇ ਵਿੱਚ ਈਕੋਲੋਜੀ ਬਚਾਉਣ ਦੇ ਵਾਸਤੇ ਕਿੱਦਾਂ ਕਨਵਰਟ ਕੀਤਾ ਜਾ ਸਕਦਾ, ਔਰ ਕੁਛ ਪ੍ਰਿੰਸੀਪਲਸ ਤੇ ਕੁਛ ਐਡਵਾਈਸ ਲੈ ਕੇ ਈਕੋ ਸਿੱਖ ਨੇ ਲੋਕਾਂ 'ਚ ਪਬਲਿਕ ਕੀਤੀ ਹੈ। ਪਰ ਉਸ ਤੋਂ ਪਹਿਲਾਂ ਮੈਂ ਜਾਣਨਾ ਚਾਹੁੰਦਾ, ਜੇ ਅਸੀਂ ਅੰਕੜਿਆਂ 'ਚ ਗੱਲ ਕਰੀਏ ਸਿੱਖਾਂ ਦੀ ਟੋਟਲ ਮੌਜੂਦਗੀ, ਉਹਦੇ ਵਿੱਚੋਂ ਕਿੰਨੇ ਕੁ ਲੋਕ
ਦੇਖੋ ਜੀ, ਮੈਂ ਅਸੀਂ ਇਹ ਕਹਿੰਦਾ ਕਿ ਪਿਛਲੇ ਸਾਲ ਜਦੋਂ ਅਸੀਂ ਇਹਨੂੰ ਸਾਰਾ ਦੇਖਿਆ, ਅਸੀਂ ਇੱਕ ਜਿਹੜਾ ਸਿੱਖ ਵਾਤਾਵਰਣ ਦਿਵਸ ਸੀਗਾ ਉਹਦੇ ਵਿੱਚ ਤਕਰੀਬਨ ਅਸੀਂ ਕੈਲਕੂਲੇਟ ਕੀਤਾ ਸੀਗਾ ਵੀ ਅਸੀਂ 3 ਮਿਲੀਅਨ ਲੋਕਾਂ ਤੱਕ ਪਹੁੰਚ ਚੁੱਕੇ ਸੀਗੇ ਵਿਦ ਦਾ ਮੀਡੀਆ, ਵਿਦ ਦਾ ਸੋਸ਼ਲ ਮੀਡੀਆ, ਵਿਦ ਦਾ ਪੋਸਟਸ ਅਤੇ ਜਿੰਨੀਆਂ ਈਮੇਲਸ ਅਤੇ ਡਾਇਰੈਕਟ ਮੈਨੇ ਵਟਸਐਪ ਰਾਹੀਂ 3 ਮਿਲੀਅਨ ਲੋਕਾਂ ਤੱਕ ਅਸੀਂ ਆਪਣੀ ਗੱਲ ਪਹੁੰਚਾ ਦਿੱਤੀ ਸੀ। ਤਾਂ ਉਹਨਾਂ ਚੋਂ ਐਕਟਿਵ ਰਿਸਪੋਂਡੈਂਟ ਕਿੰਨੇ ਟਰਨ ਆਊਟ ਹੋਏ? ਐਕਟਿਵਿਸਟ ਦਾ ਸਾਨੂੰ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਵੀ 4100 ਗੁਰਦੁਆਰਾ, ਸਿੱਖ ਕਾਲਜ, ਸਕੂਲਸ ਨੇ ਇਹ ਕਦਮ ਚੁੱਕਿਆ। ਔਰ ਅਸੀਂ ਕੈਲਕੂਲੇਟ ਵੀ ਕੀਤਾ ਵੀ ਕਿੰਨੇ ਲੋਕਾਂ ਨੇ ਇਹਦੇ ਵਿੱਚ ਪਾਰਟੀਸਪੇਟ ਕੀਤਾ। ਸੋ ਇਟਸ ਅ ਹਿਊਜ ਨੰਬਰ। ਸਾਰੇ ਵਰਲਡ ਤੋਂ ਜੀ, 13 ਆਪਣਾ 16 ਕੰਟਰੀਜ਼ ਸੀਗੀਆਂ ਅਤੇ 4 ਕੰਟੀਨੈਂਟ ਤੋਂ ਲੋਕ ਇਕੱਠੇ ਹੋਏ, ਯੂਰਪ ਦੇ ਵਿੱਚ ਵੀ, ਅਫਰੀਕਾ ਦੇ ਵਿੱਚ ਵੀ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਏਸ਼ੀਆ ਦੇ ਵਿੱਚ, ਮੈਨੇ ਹਰੇਕ 16 ਮੁਲਕਾਂ ਚੋਂ 4100 ਗੁਰਦੁਆਰਾ ਸਾਹਿਬ ਤੇ। ਹਾਂ ਹਾਂਜੀ, ਇਨਕਲੂਡਿੰਗ ਪੰਜਾਬ ਤੇ ਇੰਡੀਆ। ਜ਼ਿਆਦਾ ਇਨਵੋਲਵਮੈਂਟ ਕਿੱਥੋਂ ਕਿੱਥੋਂ ਹੋਈ ਹੈ? ਆਫ ਕੋਰਸ ਹਿੰਦੁਸਤਾਨ ਜ਼ਿਆਦਾ ਹੈਗਾ, ਪਰ ਉਸ ਤੋਂ ਬਾਅਦ ਫਿਰ ਜਿਹੜਾ ਆਉਂਦਾ ਹੈ ਉਹ ਆਪਣਾ ਅਮਰੀਕਾ ਹੈਗਾ, ਫਿਰ ਆਸਟ੍ਰੇਲੀਆ, ਸਿੰਗਾਪੁਰ, ਮਲੇਸ਼ੀਆ। ਹਾਂਜੀ ਹਾਂਜੀ, ਆਪਣੇ ਜਿੱਥੇ ਜਿੱਥੇ ਵੀ ਸਿੱਖ ਜਥੇਬੰਦੀਆਂ ਆਪਣੇ ਸਾਡੇ ਹੈਗੇ ਨੇ, ਗੈਂਬੀਆ ਦੇ ਵਿੱਚ ਸਿੱਖ ਨੇ, ਹਾਂਜੀ ਕੈਨੀਆ ਦੇ ਵਿੱਚ ਸਿੱਖ ਨੇ, ਤਨਜ਼ਾਨੀਆ ਦੇ ਵਿੱਚ ਸਿੱਖ ਨੇ, ਉਹਨਾਂ ਨੇ ਉੱਥੇ ਭਾਗ ਲਿਆ, ਦੁਬਈ ਦੇ ਵਿੱਚ ਸਿੱਖਾਂ ਨੇ ਭਾਗ ਲਿਆ। ਸੋ ਇਹ ਇੱਕ ਵਰਲਡ ਮੂਵਮੈਂਟ ਹੈ ਔਰ ਇਸ ਨੂੰ ਅਸੀਂ ਹੋਰ ਉਭਾਰਨਾ ਚਾਹੁੰਦੇ ਹਾਂ। ਮੈਂ ਇੱਕ ਨਾਲ ਤੁਹਾਡੇ ਗੱਲ ਐਡ ਕਰਨਾ ਚਾਹੁੰਦੇ ਹਾਂ, ਅਸੀਂ ਹੌਲੀ ਹੌਲੀ ਹੁਣ ਇਹ ਪਾਪੂਲਰਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਲੰਗਰ ਦਾ ਕੋਨਸੈਪਟ। ਹਾਂਜੀ, ਅਤੇ ਲੰਗਰ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਬਣਾਉਂਦੇ ਹਾਂ, ਲੰਗਰ ਛਕਾਉਂਦੇ ਹਾਂ, ਦੂਜਿਆਂ ਨੂੰ ਬਾਹਰ ਛਕਾਉਂਦੇ ਹਾਂ, ਅਤੇ ਜਿੱਦਾਂ ਕਈ ਜਥੇਬੰਦੀਆਂ ਨੇ ਬਾਹਰ ਜਾ ਕੇ ਲੰਗਰ ਛਕਾਇਆ, ਗਰੀਬਾਂ ਨੂੰ ਛਕਾਇਆ, ਅਤੇ ਉਹ ਇੱਕ ਦਿਨ ਦਾ ਲੰਗਰ ਹੁੰਦਾ। ਜਦੋਂ ਤੁਸੀਂ ਦਰਖਤ ਲਗਾਉਂਦੇ ਹੋ ਜਾਂ ਪਾਣੀ ਦੀ ਬੱਚਤ ਕਰਦੇ ਹੋ, ਤੁਸੀਂ ਕਈ ਸਦੀਆਂ ਤੱਕ ਉਹ ਲੰਗਰ ਦੂਜਿਆਂ ਲਈ ਪ੍ਰੋਵਾਈਡ ਕਰ ਲੰਗਰ ਲਾ ਰਹੇ। ਬਿਲਕੁਲ। ਸੋ ਇਸ ਕਨਸੈਪਟ ਨੂੰ ਅਸੀਂ ਐਕਚੁਅਲੀ 4 ਦੀਵਾਰੀ ਚੋਂ ਬਾਹਰ ਨਹੀਂ ਨਿਕਲਦੇ। ਬਿਲਕੁਲ। ਤੇ ਇਹਨੂੰ ਅਸੀਂ ਉਸੇ ਢੰਗ ਦੇ ਨਾਲ ਸਾਨੂੰ ਦੇਖਣ ਦੀ ਲੋੜ ਹੈ ਕਿ ਜਿਹੜੀ ਵਾਤਾਵਰਨ ਦੀ ਸੇਵਾ ਵੀ ਸਾਰਿਆਂ ਦੀ ਸੇਵਾ। ਜਿਹੜੀ ਗੱਲ ਡਾਕਟਰ ਸਾਹਿਬ ਕਹਿ ਰਹੇ ਨੇ ਇਹਦੇ ਵਿੱਚੋਂ ਇੱਕ ਚੀਜ਼ ਬਹੁਤ ਜ਼ਿਆਦਾ ਧਿਆਨ ਦੇਣ ਵਾਲੀ ਹੈ। ਆਮ ਤੌਰ ਤੇ ਸਾਨੂੰ ਲੱਗਦਾ ਹੈ ਵੀ ਚੁਗਿਰਦੀ ਦੀ ਸੰਭਾਲ ਨੂੰ ਲੋਕ ਹੈਗੇ ਨੇ ਉਹ ਕਰ ਲੈਣਗੇ, ਪਰ ਉਹ ਹਾਲਾਤ ਕਿੰਨੇ ਖਤਰਨਾਕ ਹੋ ਚੁੱਕੇ ਨੇ। ਮੈਂ ਅਫਰੀਕਾ ਦਾ ਸਵਾਲ ਸਪੈਸ਼ਲੀ ਕਿਉਂ ਪੁੱਛਿਆ ਸੀ, ਕੇਪ ਟਾਊਨ ਦੇ ਕੋਲ ਸਮਾਂ ਮੁੱਕ ਚੁੱਕਿਆ ਆ ਬਿਲਕੁਲ ਚੁਗਿਰਦੇ ਨੂੰ ਬਚਾਉਣ ਦਾ। ਕੇਪ ਟਾਊਨ ਅਫਰੀਕਾ ਦੇ ਵਿੱਚ, ਸਾਊਥ ਅਫਰੀਕਾ ਦੇ ਵਿੱਚ ਇੱਕ ਖੂਬਸੂਰਤ ਸ਼ਹਿਰ ਹੈ, ਬਹੁਤ ਜ਼ਬਰਦਸਤ ਟੂਰਿਸਟ ਸ਼ਹਿਰ ਹੈ। ਨਿਊਯਾਰਕ ਜਾਂ ਬੋਂਬੇ ਜਾਂ ਕੋਈ ਹੋਰ ਐਸੇ ਖੂਬਸੂਰਤ ਸ਼ਹਿਰ ਜਿਹੜੇ ਵੱਡੇ ਵੀ ਹੁੰਦੇ ਨੇ ਜਿੱਥੇ ਟੂਰਿਸਟ ਵੱਡੀ ਗਿਣਤੀ ਜਾਂਦੇ ਨੇ, ਉਹ ਜਿਹਾ ਸ਼ਹਿਰ ਹੈ। ਪਰ ਅੱਜ ਟਾਇਲਟ ਫਲੱਸ਼ ਕਰਨ ਵਾਸਤੇ ਵੀ 2-2.5 ਲੀਟਰ ਪਾਣੀ ਮਿਲ ਰਿਹਾ, ਬਰੱਸ਼ ਕਰਨ ਜੋਗਾ ਅੱਧੇ ਕੱਪ ਜਿੰਨਾ ਪਾਣੀ ਮਿਲ ਰਿਹਾ, ਨਹਾਉਣ ਨੂੰ ਪਾਣੀ ਨਹੀਂ ਮਿਲ ਰਿਹਾ। ਇਹ ਹਾਲਾਤ ਉੱਥੇ ਕਿਉਂ ਪਹੁੰਚੇ ਨੇ? ਇਸੇ ਕਰਕੇ ਦੁਨੀਆ ਉਹਨੂੰ ਸੰਭਾਲ ਨਹੀਂ ਪਾਈ, ਔਰ ਉਹ ਫੈਬਰੀ ਸ਼ਾਇਦ ਉਹਦਾ ਲਾਸਟ ਸਮਾਂ ਸੀਗਾ, ਬਿਲਕੁਲ ਹੋ ਗਿਆ ਪਾਣੀ। ਬਿਲਕੁਲ। ਸੋ ਇਹੋ ਜਿਹੇ ਹਾਲਾਤ ਤੋਂ ਕਿੱਦਾਂ ਬਚੋਗੇ? ਸ਼ਾਇਦ ਇਹ ਕੋਸ਼ਿਸ਼ਾਂ ਬਹੁਤ ਜ਼ਿਆਦਾ ਜ਼ਰੂਰੀ ਹੋ ਗਈਆਂ ਨੇ, ਹੁਣ ਇਹ ਕਿਸੇ ਦੇ ਸਿਰ ਤੇ ਛੱਡਣ ਵਾਲੀਆਂ ਕੋਸ਼ਿਸ਼ਾਂ ਨਹੀਂ ਰਹਿਗੀਆਂ। ਸੋ ਕੀ ਕੀਤਾ ਜਾ ਸਕਦਾ, ਕਿਹੜੇ ਕਦਮ ਨੇ ਜਿਹੜੇ ਚੁੱਕੇ ਜਾ ਚੁੱਕੇ ਨੇ, ਚੁੱਕੇ ਜਾ ਸਕਦੇ ਨੇ? ਕੁਛ 6 ਜਾਂ 7 ਕਦਮਾਂ ਦੀ ਗੱਲ ਤੁਹਾਡੀ ਆਰਗੇਨਾਈਜੇਸ਼ਨ ਲੈ ਕੇ ਚੱਲੀ ਹੈ। ਹਾਂਜੀ, ਅਸੀਂ ਕਿਹਾ ਵੀ ਗੁਰੂ ਸਾਹਿਬ ਦਾ 7ਵੇਂ ਗੁਰੂ ਜੀ ਦਾ ਅਸੀਂ ਸਿੱਖ ਵਾਤਾਵਰਣ ਦੇ ਵਿਸਤਾਰ ਗੁਰਗੱਦੀ ਦਿਵਸ ਤੇ ਪਾਉਣ ਮਿਲਣਾ ਵੀ 7 ਕਦਮ ਚੁੱਕੀਏ 7ਵੇਂ ਗੁਰੂ ਦੇ ਨਾਂ ਦੇ ਉੱਤੇ। ਪਹਿਲਾਂ ਤਾਂ ਅਫਕੋਰਸ ਹੈ ਵੀ ਸਾਨੂੰ ਉਹਨਾਂ ਦੀਆਂ ਸਾਖੀਆਂ, ਉਹਨਾਂ ਦੇ ਜੀਵਨ ਬਾਰੇ, ਅਤੇ ਜਿਹੜੇ ਗੁਰਬਾਣੀ ਦੇ ਵਿੱਚ ਯੂਨੋ 30-40 ਸ਼ਬਦ ਨੇ ਡਿਫਰੈਂਟ ਗੁਰੂਆਂ ਨੇ ਉਚਾਰੇ ਨੇ ਜਿਹੜੇ ਡਾਇਰੈਕਟ ਨੇਚਰ ਦੇ ਉੱਤੇ ਨੇ, ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਜਾਂ ਦੇਖ ਫੁੱਲ ਫੁੱਲ ਫੁੱਲੇ, ਅਸੀਂ ਉਹ ਬੇਨਤੀ ਕੀਤੀ ਹੈ ਕਿ ਉਹਨਾਂ ਸ਼ਬਦਾਂ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਗਾਇਨ ਕੀਤਾ ਜਾਵੇ, ਗ੍ਰੀਨ ਦੀਵਾਨ ਲਗਾਇਆ ਜਾਵੇ। ਮਤਲਬ ਵੀ ਉਸ ਦਿਨ ਸਾਖੀਆਂ, ਕੀਰਤਨ, ਕਥਾ ਸਾਰੀ ਵਾਤਾਵਰਨ ਦੇ ਉੱਤੇ ਅਤੇ ਸਿੱਖ ਇਤਿਹਾਸ ਦੇ ਵਿੱਚੋਂ ਕੀ ਸਾਨੂੰ ਉਦਾਹਰਨਾਂ ਮਿਲਦੀਆਂ ਨੇ ਵਾਤਾਵਰਨ ਨੂੰ ਬਚਾਉਣ ਲਈ, ਇਹਦੀ ਗੱਲ ਕੀਤੀ ਜਾਵੇ। ਇਹਦੇ ਨਾਲ ਬੱਚਿਆਂ ਦੇ ਵਿੱਚ ਵੀ ਇੰਟਰਸਟ ਜਾਗਦਾ ਹੈ, ਸੰਗਤ ਦੇ ਵਿੱਚ ਵੀ ਇੰਟਰਸਟ ਜਾਗਦਾ ਹੈ। ਸੋ ਇੱਕ ਤਾਂ ਇਹ ਪਹਿਲਾ ਕਦਮ ਹੈ ਵੀ ਔਰਗਨਾਈਜ਼ ਅ ਗ੍ਰੀਨ ਦੀਵਾਨ। ਦੂਜਾ ਅਸੀਂ ਇਹ ਕਹਿੰਦੇ ਹਾਂ ਕਿ ਪਲਾਂਟੇਸ਼ਨ ਹੋਣੀ ਚਾਹੀਦੀ ਹੈ, ਗ੍ਰੀਨ ਕਵਰ ਗੁਰਦੁਆਰੇ ਦੇ ਅੰਦਰ ਵੀ, ਗੁਰਦੁਆਰੇ ਦੇ ਬਾਹਰ, ਆਲੇ ਦੁਆਲੇ, ਸਕੂਲਸ, ਕਾਲਜਿਸ, ਜਿੱਥੇ ਵੀ ਸਿੱਖ ਹੈਗੇ ਨੇ, ਅਸੀਂ ਕੋਸ਼ਿਸ਼ ਕਰੀਏ ਵੀ ਉੱਥੇ ਦਰਖਤ ਲਗਾਏ ਜਾਣ। ਸਰ ਮਾਰਬਲ ਨਹੀਂ ਛੱਡਦੇ ਅਸੀਂ ਲਾਉਣੇ ਸਾਰੇ ਦੇ ਸਾਰੇ ਪਾਸੇ? ਬਿਲਕੁਲ ਜੀ, ਬਿਲਕੁਲ। ਸੋਨੇ ਦੇ ਗੁੰਬਦ ਲਾਉਣੇ ਨਹੀਂ ਛੱਡਦੇ, ਦਰਖਤ ਲਾਉਣ ਦੀ ਆਦਤ ਪੈ ਜੂਗੀ? ਬਿਲਕੁਲ। ਵੈਲ ਦੇਖੋ, ਇਸੇ ਗੱਲ ਨੂੰ ਸਾਨੂੰ ਜੇ ਅਸੀਂ ਗੁਰਦੁਆਰਿਆਂ ਤੋਂ ਇਹ ਰਿਕੁਆਇਰ ਕਰ ਦਈਏ ਕਿ ਇਸ ਦਿਨ ਕਮ ਸੇ ਕਮ ਆਵਾਜ਼ ਤਾਂ ਉੱਠੇ ਨਾ ਜੀ, ਹੁਣ ਇਸ ਚੀਜ਼ ਨੂੰ ਜਿੰਨਾ ਅਸੀਂ ਪੁਸ਼ ਕਰਦੇ ਰਵਾਂਗੇ ਉਨੀ ਅਵੇਅਰਨੈਸ ਵਧੇਗੀ, ਉਨੇ ਲੋਕਾਂ ਦੇ ਵਿੱਚ ਇਸ ਗੱਲ ਦੀ ਸਮਝ ਆਉਣੀ ਸ਼ੁਰੂ ਹੋ ਗਈ ਵੀ ਇਹ ਕਰਨਾ ਸਾਡੇ ਲਈ ਜ਼ਰੂਰੀ ਹੈ। ਬਹੁਤ ਔਖੀ ਮੁਹਿੰਮ ਲੈ ਕੇ ਤੁਰਿਆ ਇੱਕੋ ਸਿੱਖ, ਕਿਉਂਕਿ ਇੱਕ ਗੱਲ ਨੂੰ ਜੇ ਅਸੀਂ ਆਪਣਾ ਇਤਿਹਾਸ ਵਾਚੀਏ, ਗੁਰਬਾਣੀ ਦਾ ਫਲਸਫਾ ਯਕੀਨਨ ਰੋਜ਼ ਗੁਰਦੁਆਰੇ ਜਾ ਕੇ ਲੋਕ ਸੁਣਦੇ ਨੇ ਤੇ ਉੱਤੋਂ ਉੱਤੋਂ ਨਿਕਲ ਜਾਂਦਾ ਆ। ਇੱਥੋਂ ਤੱਕ ਕਿ ਅਗਲੀਆਂ ਜਨਰੇਸ਼ਨਾਂ ਦੇ ਵਿੱਚ ਵੀ ਭਾਈ ਵੀਰ ਸਿੰਘ ਹੋਰਾਂ ਨੇ ਵੀ ਬੜੀਆਂ ਗੱਲਾਂ ਲਿਖੀਆਂ ਨੇ, ਸ਼ਿਵ ਕੁਮਾਰ ਬਟਾਲਵੀ ਨੇ ਕੁਝ ਰੁੱਖ ਮੈਨੂੰ ਪੁੱਤ ਲੱਗਦੇ ਵਰਗੀ ਕਵਿਤਾ ਲਿਖੀ ਹੈ। ਅੱਜ ਵੀ ਲੋਕ ਕੋਸ਼ਿਸ਼ ਕਰ ਰਹੇ ਨੇ ਇਨਵਾਇਰਮੈਂਟ ਦੀ ਗੱਲ ਕਰਨ ਦੀ, ਪਰ ਸ਼ਾਇਦ ਸਾਡੇ ਪੱਲੇ ਪੈਂਦੀ ਨਹੀਂ ਆ, ਸ਼ਾਇਦ ਸਾਨੂੰ ਲੱਗਦਾ ਹੈ ਕਿ ਕਿਸੇ ਹੋਰ ਦਾ ਕੰਸਰਨ ਹੈ। ਸੋ ਉਸ ਹਾਲਾਤ ਦੇ ਵਿੱਚ ਜਿਹੜਾ ਪਹਿਲਾ ਸਟੈਪ ਹੈ ਉਹਦੀ ਗੱਲ ਹੋ ਰਹੀ ਹੈ, ਡਾਕਟਰ ਰਾਜਵੰਤ ਕਹਿ ਰਹੇ ਨੇ ਗ੍ਰੀਨ ਦੀਵਾਨ ਲਾਉਣਾ, ਜਿਹਦੇ ਵਿੱਚ
ਉਹ ਸ਼ਬਦ ਜਿਹੜੇ ਹੈਗੇ ਨੇ ਗੁਰਬਾਣੀ ਜਿਹੜੀ ਹਿੱਸਾ ਆ ਸਾਡੇ ਫਲਸਫੇ ਦਾ ਉਹਨੂੰ ਸਮਝਾਇਆ ਵੀ ਜਾਵੇ ਅਸਲ ਦੇ ਵਿੱਚ, ਰੱਟਾ ਨਾ ਮਾਰਿਆ ਜਾਵੇ। ਸੋ ਦੈਟਸ ਯੋਰ ਫਰਸਟ ਸਟੈਪ। ਹਾਂਜੀ, ਦੂਜੇ ਪਾਸੇ ਕਿੱਥੇ? ਦੂਜਾ ਇਹ ਵੀ ਜਿਹੜਾ ਪਲਾਂਟੇਸ਼ਨ ਕੀਤਾ ਜਾਵੇ ਵੀ ਜਿੱਥੇ ਵੱਧ ਤੋਂ ਵੱਧ ਉਸ ਦਿਨ ਪ੍ਰਣ ਕੀਤਾ ਜਾਵੇ ਵੀ ਦਰਖਤ ਲਗਾਉਣੇ ਜਾਣ। ਤੀਜਾ ਅਸੀਂ ਕਹਿ ਰਹੇ ਹਾਂ ਕਿ ਸੈਲੀਬ੍ਰੇਟ ਨੇਚਰ। ਮੈਂ ਇੱਕ ਮਿੰਟ ਪਹਿਲਾਂ ਦੂਜੇ ਪੁਆਇੰਟ ਤੇ ਆਵਾਂ, ਥੋੜੀ ਮੈਂ ਜ਼ਰੂਰ ਡਿਟੇਲ ਜਾਣਨਾ ਚਾਹੁੰਦਾ। ਆਈ ਥਿੰਕ 4 ਸਾਲ ਪਹਿਲਾਂ ਇੱਕ ਕੋਸ਼ਿਸ਼ ਹੋਈ ਸੀ, ਜਸਵੰਤ ਜ਼ਫਰ ਬੜੇ ਵਧੀਆ ਪੋਇਟ ਨੇ ਹਾਂਜੀ ਲੁਧਿਆਣੇ, ਉਹਨਾਂ ਨੇ ਕੱਲਿਆਂ ਨੇ ਨਹੀਂ, ਉਹਨਾਂ ਨੇ ਰਲ ਕੇ ਫੇਸਬੁੱਕ ਤੇ ਪਹਿਲਾਂ ਕਾਲ ਦਿੱਤੀ ਸੀ ਔਰ ਰਲ ਕੇ ਪੂਰੇ ਦੇ ਪੂਰੇ ਸਿਟੀ ਨੇ 10 ਲੱਖ ਬੂਟੇ ਇੱਕ ਦਿਨ ਚ ਲਾਏ ਸੀ, 3-4 ਦਿਨ ਦੀ ਮੁਹਿੰਮ ਚਲਾ ਕੇ। ਕੋਈ ਏਦਾਂ ਦੀ ਕੋਸ਼ਿਸ਼ ਹੋ ਸਕਦੀ ਕਿ ਰੈਕਡ ਬ੍ਰੇਕ ਕਰਨ ਦੀ ਵੀ ਕਾਲ ਹੋਵੇ ਤੁਹਾਡੇ ਵੱਲੋਂ? ਨਹੀਂ, ਅਸੀਂ ਨਾ ਅਸੀਂ ਚਾਹੁੰਦੇ ਹਾਂ ਕਿ ਜੀ ਦੇਖੋ ਗੱਲ ਇਹ ਆ ਕਿ ਦਰਖਤ ਜੇ ਲਗਾ ਦਿੱਤਾ ਤੇ ਉਹਨੂੰ ਅਸੀਂ ਸੰਭਾਲਣਾ ਪਾਏ, ਉਹਨਾਂ ਨੇ ਬੱਚਿਆਂ ਨੂੰ ਅਡਾਪਟ ਕਰਨ ਨੂੰ ਕਿਹਾ ਸੀ ਹਰ ਦਰਖਤ ਤੇ, ਉਹ ਅਸੀਂ ਚਾਹੁੰਦੇ ਹਾਂ ਵੀ ਜਿਹੜੇ ਵੀ ਕਦਮ ਏਦਾਂ ਦੇ ਚੁੱਕੇ ਜਾਣ ਉਹ ਸੋਲਿਡ ਹੋਣ ਤੇ ਉਹ ਪਿਕਚਰ ਅਪਰਚੁਨਿਟੀ ਨਾ ਹੋਵੇ। ਤੇ ਅਸੀਂ ਕੋਸ਼ਿਸ਼ ਇਹੀ ਹਰੇਕ ਨੂੰ ਕਹਿੰਦੇ ਹਾਂ ਵੀ ਦਰਖਤ ਜੇ ਲਗਾਉਣਾ ਤੇ 10 ਫੁੱਟ ਦਾ 12 ਫੁੱਟ ਦਾ ਲਗਾਓ ਤਾਂ ਕਿ ਜਿਹੜਾ ਸਰਵਾਈਵ ਕਰ ਸਕੇ, ਜਿਹੜਾ ਤੁਹਾਨੂੰ ਪਤਾ ਹੈ ਵੀ ਉਹਦੀ ਸਰਵਾਈਵਲ ਦੀ ਕੈਪੇਬਿਲਿਟੀ ਜ਼ਿਆਦਾ ਹੈਗੀ ਹੈ। ਸੋ ਇਸ ਕਰਕੇ ਅਸੀਂ ਚਾਹੁੰਦੇ ਹਾਂ ਵੀ ਸੋਲਿਡ ਕਦਮ ਚੁੱਕੇ ਜਾਣ, ਜਿਹੜਾ ਵੀ ਦਰਖਤ ਲਗਾਉਣਾ ਜਾਂ ਗ੍ਰੀਨ ਕਵਰ ਵਧਾਉਣਾ ਈਵਨ ਘਾਹ ਵੀ ਲਗਾਉਣਾ, ਸੋ ਉਸ ਚੀਜ਼ ਨੂੰ ਮੇਨਟੇਨ ਕਰਕੇ ਰੱਖਣਾ। ਜੇ ਗੁਰੂਆਂ ਦੇ ਜਨਮ ਦਿਨ ਨੂੰ, ਗੁਰਦੁਆਰਾ ਦੇ ਗੁਰਗੱਦੀ ਦਿਵਸ ਨੂੰ ਮੰਨ ਕੇ ਜੇ ਅਸੀਂ ਕਰ ਰਹੇ ਹਾਂ ਤੇ ਉਹਦੀ ਪਵਿੱਤਰਤਾ ਤੇ ਉਹਦੀ ਕਾਇਮ ਰੱਖਣ ਦੀ ਜਿਹੜੀ ਭਾਵਨਾ ਵੀ ਸਾਡੇ ਵਿੱਚ ਬਣੀ ਰਹੇਗੀ। ਪਰ ਇਹ ਸੰਭਾਵਨਾ ਹੈ ਕਿਉਂਕਿ ਆਮ ਤੌਰ ਤੇ ਜਿਹੜੀ ਉਹੀ ਗੱਲ ਹੈ, ਬੱਚੇ ਜਿਹੜੇ ਨੇ ਬਹੁਤ ਜ਼ਿਆਦਾ ਪੈਸ਼ਨ ਨਾਲ, ਬਹੁਤ ਜ਼ਿਆਦਾ ਇਮੋਸ਼ਨ ਨਾਲ ਜੁੜਦੇ ਨੇ ਕਿ ਹਰ ਬੱਚਾ ਇੱਕ ਦਰਖਤ ਨੂੰ ਅਡਾਪਟ ਕਰ ਲਵੇ। ਹਾਂਜੀ, ਅਸੀਂ ਇਹ ਕਿਹਾ ਕਿ ਹਰ ਬੱਚਾ ਆਪਣੇ ਜਨਮ ਦਿਨ ਦੇ ਉੱਤੇ ਆਪਣੇ ਆਪ ਨੂੰ ਗਿਫਟ ਦੇਵੇ ਕਿ ਇੱਕ ਦਰਖਤ ਲਗਾਏ, ਇੱਕ ਦਰਖਤ, ਇੱਕ ਰੁੱਖ ਮੇਰੇ ਨਾਂ ਦਾ, ਹਾਂਜੀ ਇੱਕ ਰੁੱਖ ਮੇਰੇ ਹਾਣ ਦਾ। ਸੋ ਇਹ ਤੁਹਾਡੇ ਸੈਕੰਡ ਸਟੈਪ ਦਾ ਹਿੱਸਾ। ਹਾਂਜੀ ਹਾਂਜੀ, ਵੀ ਇਹ ਇੱਕ ਰੁੱਖ ਤੁਸੀਂ ਆਪਣੇ ਬੱਚਾ ਹਰ ਬੱਚਾ ਲਗਾਵੇ। ਤੀਜਾ ਹੈਗਾ ਕਿ ਅਸੀਂ ਚਾਹੁੰਦੇ ਹਾਂ ਵੀ ਸੈਲੀਬ੍ਰੇਟ ਨੇਚਰ, ਵੀ ਅਸੀਂ ਕੁਦਰਤ ਨੂੰ ਕਦੀ ਅਪਰੀਸ਼ੀਏਟ ਨਹੀਂ ਕਰਦੇ ਵੀ ਬਾਹਰ ਜਾ ਕੇ ਵੀ ਸਮੂਹ, ਹਾਂ ਸਮੂਹਕ ਤੌਰ ਦੇ ਉੱਤੇ ਕੋਈ ਨੇਚਰ ਵਾਕ ਕੀਤੀ ਜਾਵੇ, ਵੇਅਰ ਯੂ ਗੋ ਐਂਡ ਅਪਰੀਸ਼ੀਏਟ ਨੇਚਰ। ਤੁਸੀਂ ਜਾ ਕੇ ਆਲੇ ਦੁਆਲੇ ਨੂੰ ਦੇਖੋ ਕਦੀ ਜੇ ਤੁਹਾਡੇ ਵਿੱਚ ਉਸ ਕਿਸਮ ਦੀ ਜਿਹੜੀ ਗੁਰੂ ਸਾਹਿਬ ਦੇ ਮਨ ਦੇ ਵਿੱਚ ਜਿਸ ਕਿਸਮ ਦੀ ਕੌਨਸ਼ੀਅਸਨੈਸ ਸੀਗੀ ਉਸ ਢੰਗ ਦੇ ਨਾਲ ਨੇਚਰ ਨੂੰ ਦੇਖਣ ਦੀ ਕੋਸ਼ਿਸ਼ ਕਰੋ, ਅਪਰੀਸ਼ੀਏਟ ਕਰਨ ਨੂੰ ਵਿਸਮਾਦ ਰੰਗ ਵਿਸਮਾਦ ਬੈਠੇ ਹੋ ਇੱਥੇ ਦੇ ਹੈਗੇ ਬੜੇ ਪਾਕ ਜਿੱਥੇ ਲੋਕ ਘੁੰਮ ਲੈਣਗੇ, ਪਰ ਜਿਹੜੇ ਸਟੇਟ ਹੀ ਰੌਂਡ ਮੁੰਡ ਹੋ ਗਏ ਉੱਥੇ ਕਿੱਥੇ ਵਾਕ ਕਰਨਗੇ? ਬਿਲਕੁਲ, ਦੇਖੋ ਜੀ ਇਹੀ ਤਾਂ ਮੈਨੇ, ਇਟਸ ਸੱਚ ਏ ਟ੍ਰੈਜਡੀ ਜਿਸ ਧਰਤੀ ਦੇ ਉੱਤੇ ਗੁਰੂ ਨਾਨਕ ਸਾਹਿਬ ਵਰਗੀ ਸ਼ਖਸੀਅਤ ਨੇ ਆ ਕੇ ਆਵਾਜ਼ ਦਿੱਤੀ ਹੋਵੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਉੱਥੇ ਸਿਰਫ 4% ਫੋਰੈਸਟ ਰਹਿ ਗਿਆ। ਇਹ ਸਾਡੇ ਸਾਰਿਆਂ ਲਈ ਕਿੱਡੀ ਸ਼ਰਮ ਦੀ ਗੱਲ ਹੈ ਜੇ ਗੁਰੂ ਨਾਨਕ ਸਾਹਿਬ ਵਾਪਸ ਆ ਕੇ ਪੁੱਛਣ ਵੀ ਹੇ ਪੁੱਤਰੋ ਤੁਸੀਂ ਕੀਤਾ ਕੀ ਇਹ ਧਰਤੀ ਦਾ ਹਾਲ। ਸੋ ਕਹਿਣ ਦਾ ਮਤਲਬ ਹੈ ਵੀ ਇਹ ਸਾਨੂੰ ਉਹੀ, ਜੇ ਸਾਡੇ ਵਿੱਚ ਅਪਰੀਸ਼ੀਏਸ਼ਨ ਆਏਗੀ, ਜੇ ਸਾਡੇ ਵਿੱਚ ਇਸ ਗੱਲ ਦੀ ਭਾਵਨਾ ਆਉਣੀ ਸ਼ੁਰੂ ਹੋ ਜਾਏਗੀ ਵੀ ਨੇਚਰ ਨੂੰ ਜਿੱਦਾਂ ਗੁਰੂ ਹਰ ਰਾਏ ਜੀ ਨੇ ਸਾਨੂੰ ਪ੍ਰੇਰਿਤ ਕੀਤਾ ਕਿ ਜਿਹੜਾ ਕੁਦਰਤ ਨੂੰ ਪਿਆਰ ਕਰੋ ਤੇ ਕੁਦਰਤ ਨੂੰ ਸਾਰ ਸੰਭਾਲ ਦੀ ਜ਼ਿੰਮੇਵਾਰੀ ਸਾਡੀ ਹੈ, ਮਨੁੱਖ ਦੀ ਹੈ, ਜੀਵ ਜੰਤੂ ਦਾ ਉਹ ਤਾਂ ਨੇਚਰ ਦਾ ਹਿੱਸਾ ਨੇ, ਉਹਨਾਂ ਨੂੰ ਤਾਂ ਪਤਾ ਨਹੀਂ, ਡਿਸਟਰੋਏ ਨਹੀਂ ਕਰਦੇ। ਸੋ ਉਹਦੇ ਵਿੱਚ ਅਸੀਂ ਇਹ ਕਹਿੰਦੇ ਹਾਂ ਵੀ ਨੇਚਰ ਵਾਕ ਕੀਤੀ ਜਾਵੇ, ਬਾਈਸਾਈਕਲ ਰੈਲੀ ਕੱਢੀ ਜਾਵੇ, ਜਾਂ ਤੁਸੀਂ ਐਨੀਥਿੰਗ ਜਿਹਦੇ ਵਿੱਚ ਤੁਸੀਂ ਬਾਹਰ ਜਾ ਕੇ ਨੇਚਰ ਦੇ ਵਿੱਚ ਸੈਲੀਬ੍ਰੇਟ ਕਰ ਰਹੇ ਹੋ। ਇਹ ਤੀਜਾ ਕਦਮ, ਤੁਸੀਂ ਕੁਦਰਤ ਨੂੰ ਮਾਣਨਾ ਹੈ ਔਰ ਤੁਹਾਡੇ ਆਲੇ ਦੁਆਲੇ ਕੁਦਰਤ ਦੀ ਖੂਬਸੂਰਤੀ ਨਹੀਂ ਬਚੀ ਹੈ ਤਾਂ ਸ਼ਾਇਦ ਇੱਕ ਟ੍ਰੈਜਰ ਹੰਟ ਹੋ ਜਾਏਗੀ, ਲੱਭਣ ਦੀ ਕੋਸ਼ਿਸ਼ ਕਰੋ ਕਿੱਥੇ ਹੈ ਜੇ ਨਹੀਂ ਹੈ ਤਾਂ ਆਪਣੇ ਆਲੇ ਦੁਆਲੇ ਲਿਆਓ। ਬਿਲਕੁਲ, ਜੇ ਮੈਂ ਚੰਡੀਗੜ੍ਹ ਦਾ ਰਹਿਣ ਵਾਲਾ ਤਾਂ ਮੈਨੂੰ ਲੱਗਦਾ ਕਿ ਚੰਡੀਗੜ੍ਹ ਦਾ ਸ਼ਹਿਰ ਖੂਬਸੂਰਤ ਹੈ ਪਰ ਮੋਹਾਲੀ ਵੀ ਬਹੁਤ ਜ਼ਿਆਦਾ ਕੋਲੋਨਾਈਜ਼ ਹੋ ਰਿਹਾ, ਤਾਂ ਜੇ ਤੁਸੀਂ ਚੱਪੜ ਚਿੜੀ ਅੱਗੇ ਮਿਊਜ਼ੀਅਮ ਵੱਲ ਜਾਂਦੇ ਹੋ, ਯਾਦਗਾਰ ਵੱਲ ਜਾਂਦੇ ਹੋ, ਤਾਂ ਕੁਝ ਥਾਂ ਹਰਿਆਲੀ ਬਚੀ ਹੈ ਪਰ ਉਹ ਵੀ ਕੋਲੋਨਾਈਜ਼ ਹੋ ਰਹੀ ਹੈ, ਤਾਂ ਇਹਨਾਂ ਹਾਲਾਤਾਂ ਦੇ ਵਿੱਚ ਤੁਸੀਂ ਕੀ ਕਰੋਗੇ? ਤੁਹਾਨੂੰ ਹਰਿਆਲੀ ਕ੍ਰੀਏਟ ਕਰਨੀ ਪਏਗੀ। ਬਿਲਕੁਲ, ਉਹ ਕ੍ਰੀਏਟ ਕਿੱਦਾਂ ਕਰਨੀ ਹੈ ਔਰ ਫਿਰ ਇਨਵਾਇਰਮੈਂਟ ਦੇ ਵਾਸਤੇ ਚੌਕਸੀ ਕਿੱਦਾਂ ਕਰਨੀ ਹੈ, ਇਹਦੇ ਬਾਰੇ ਅਸੀਂ ਡਿਟੇਲ ਗੱਲਬਾਤ ਕਰ ਰਹੇ ਹਾਂ ਇਸ ਐਪੀਸੋਡ ਦੇ ਵਿੱਚ। ਸਮਾਂ ਜ਼ਰੂਰ ਮੁੱਕ ਰਿਹਾ ਪਰ ਡਾਕਟਰ ਰਾਜਵੰਤ ਨੇ ਬਹੁਤ ਗ੍ਰੇਸ਼ੀਅਸਲੀ ਆਪਣਾ ਸਮਾਂ ਸਾਡੇ ਕੋਲ ਕੱਢਿਆ ਹੋਇਆ, ਇਨਫੈਕਟ ਵਾਸ਼ਿੰਗਟਨ ਡੀਸੀ ਤੋਂ ਟਰੈਵਲ ਕਰਕੇ ਨਿਊਯਾਰਕ ਸਾਡੇ ਸਟੂਡੀਓ ਤੱਕ ਪਹੁੰਚੇ ਨੇ ਇਸੇ ਗੱਲ ਦੇ ਉੱਤੇ ਚਰਚਾ ਕਰਨ ਦੇ ਲਈ। ਸੋ ਅਸੀਂ ਅਗਲੇ ਐਪੀਸੋਡ ਦੇ ਵਿੱਚ ਇਸ ਚਰਚਾ ਨੂੰ ਜਾਰੀ ਰੱਖਾਂਗੇ, ਫਿਲਹਾਲ ਇੱਕ ਅਗਲੇ ਦਿਨ ਤੱਕ ਦੇ ਲਈ ਵਕਫਾ ਲੈਂਦੇ ਹਾਂ ਔਰ ਦੁਬਾਰਾ ਤੁਹਾਡੇ ਨਾਲ ਜੁੜਾਂਗੇ। ਆਮ ਤੌਰ ਤੇ ਲੋਕ ਕਹਿੰਦੇ ਨੇ ਪੰਜਾਬ 'ਚ ਇੰਨੇ ਤਾਂ ਖੇਤ ਨੇ, ਪਾਣੀ ਤਾਂ ਬਾਰਿਸ਼ ਦਾ ਆਪਣੇ ਆਪ ਸੇਵ ਹੋ ਰਿਹਾ ਆ, ਤਾਂ ਫਿਰ ਸ਼ਹਿਰਾਂ 'ਚ ਬਚਾਉਣ ਦੀ ਕੀ ਲੋੜ ਹੈ, ਉਹ ਕੀ ਫਰਕ ਹੈ? ਦੇਖੋ ਹਰ ਸ਼ਹਿਰ ਦੇ ਵਿੱਚ ਜਿਹੜੇ ਹੁਣ ਅੰਮ੍ਰਿਤਸਰ ਸ਼ਹਿਰ ਦੀ ਮੈਂ ਤੁਹਾਨੂੰ ਗੱਲ ਦੱਸਦਾ, ਅੰਮ੍ਰਿਤਸਰ ਸ਼ਹਿਰ ਦਾ ਜਿਹੜਾ ਪਾਣੀ ਹੈ ਇਸ ਵੇਲੇ ਤਕਰੀਬਨ 400 ਫੁੱਟ ਥੱਲੇ ਜਾ ਚੁੱਕਿਆ, ਤੇ ਤੁਸੀਂ ਲੱਖ ਬੰਦਾ ਉੱਥੇ ਰੋਜ਼ ਆ ਕੇ ਲੰਗਰ ਉੱਥੇ ਦਰਬਾਰ ਸਾਹਿਬ ਆਉਂਦਾ, ਲੰਗਰ ਛਕਦਾ, ਪਾਣੀ ਵਰਤਦਾ, ਕੱਪੜੇ ਧੋਂਦਾ, ਨੁਕਸਾਨ, ਉਹ ਪਾਣੀ ਕਿੱਥੋਂ ਕਿੰਨੀ ਕੁ ਦੇਰ ਆਈ ਜਾਊਗਾ, ਕਿੱਥੇ ਕਿਸ ਲੈਵਲ ਤੱਕ ਉਹਨੂੰ ਬਚਾ ਸਕਦੇ ਹਾਂ ਅਸੀਂ ਜੇ ਇਸ ਗੱਲ ਦੀ ਅਵੇਅਰਨੈਸ ਨਹੀਂ ਆਉਂਦੀ। ਹੁਣ ਪੰਜਾਬ ਦੇ ਬਾਕੀ ਥਾਵਾਂ ਦੀ ਵੀ ਮੈਂ ਤੁਹਾਨੂੰ ਦੱਸ ਦੇਵਾਂ, ਆਹ ਪਿਛਲੀ ਇਲੈਕਸ਼ਨ ਤੋਂ ਪਹਿਲਾਂ 125,000 ਨਿਊ ਟਿਊਬਵੈਲ ਕਨੈਕਸ਼ਨ ਦੀ ਰਿਕੁਐਸਟ ਆਈ ਹੋਈ ਸੀ ਫਾਰਮਰਸ ਵੱਲੋਂ,